ਉੱਤੇ ਜਿਹੜਾ ਪਲਾਸਟਿਕ ਦਾ ਕਵਰ ਹੁੰਦਾ ਹੈ ਉਹ ਵੀ ਨਹੀਂ ਹੈਗਾ। ਓ ਸੌਰੀ, ਫੋਨ ਆਪਾਂ ਪਹਿਲਾਂ ਹੀ ਬਾਹਰ ਅਨਬਾਕਸ ਕਰ ਲਿਆ ਸੀਗਾ ਤਾਂ ਕਰਕੇ ਇਸਕੋ ਕੱਟ ਕਰਦੇ ਹਾਂ ਪਲੀਜ਼। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਆਪਾਂ ਆਏ ਸੀਗੇ ਸਰਵਿਸ ਓਨਟਾਰੀਓ ਕਿਉਂਕਿ ਮੇਰੇ ਯਾਰ ਬੇਲੀ ਦਾ ਜੋ ਹੈ ਫੋਟੋ ਆਈਡੀ ਬਣਾਉਣੀ ਸੀ ਆਪਾਂ ਦੋ ਸਾਲ ਬਾਅਦ। ਫਾਈਨਲੀ ਇਹ ਕੰਮ ਵੈਸੇ ਤਾਂ 2 ਕਿਲੋਮੀਟਰ ਦੂਰ ਸੀਗਾ ਪਰ ਇਹ ਦੋ ਸਾਲ ਲੱਗ ਗਏ। ਠੀਕ ਹੈ, ਅਤੇ ਬਾਕੀ ਆਪਾਂ ਅੱਜ ਵਲੋਗ ਤਾਂ ਬਣਾ ਰਹੇ ਹਾਂ ਕਿਉਂਕਿ ਕੁਛ ਐਕਸਾਈਟਿੰਗ ਹੈ ਇਹ ਤੁਹਾਨੂੰ ਵਲੋਗ ਦੇ ਮਿਡ 'ਚ ਪਤਾ ਲੱਗ ਜੂਗਾ ਤਾਂ ਵਲੋਗ ਜ਼ਰੂਰ ਐਂਡ ਤੱਕ ਦੇਖਿਓ ਤੁਸੀਂ। ਠੀਕ ਹੈ, ਅਤੇ ਬਾਕੀ ਹੋਰ ਵੀ ਕਈ ਗੱਲਾਂ ਨੇ ਜੋ 2 ਸਾਲ ਆਪਣੇ ਸਕਿੱਪ ਹੋ ਗਏ ਨੇ ਉਹ ਤੁਹਾਨੂੰ ਅਸੀਂ ਹੌਲੀ ਹੌਲੀ ਸਟੋਰੀਆਂ ਦੇ ਰਾਹੀਂ ਦੱਸਦੇ ਰਹਾਂਗੇ ਵੀ ਹੈ ਨਾ ਕੀ ਕੁਛ ਬਣਦਾ ਰਿਹਾ। ਅਤੇ ਬਾਕੀ ਇਹਨੇ ਸੀਗਾ ਫੋਟੋ ਆਈ ਡੀ ਬਣਵਾਉਣੀ ਸੀਗੀ, ਉਹ ਫੋਟੋ ਆਈ ਡੀ ਬੇਸਿਕਲੀ ਇਹਦਾ ਪਰੂਫ ਹੋ ਜਾਂਦਾ ਵੀ ਤੁਸੀਂ ਤੁਹਾਡੇ ਕੋਲ ਇੱਕ ਕੈਨੇਡੀਅਨ ਪਰੂਫ ਹੋ ਜਾਂਦਾ ਬੇਸਿਕਲੀ, ਅਤੇ ਰਾਦਰ ਦੈਨ ਤੁਸੀਂ ਪਾਸਪੋਰਟ ਲੈ ਕੇ ਜਾਓ ਹਰੇਕ ਥਾਂ ਫੋਟੋ ਆਈ ਡੀ ਲਿਜਾ ਸਕਦੇ ਹੋ। ਇਹਦੇ 35 ਟੋਟਲ ਚਾਰਜ ਕਰਦੇ ਜੀਵਨ ਤੇ ਜ਼ਿਆਦਾ ਲੱਗ ਜਾਂਦਾ ਆ ਅਤੇ ਉਹਦੇ ਲਈ ਆਪਾਂ ਨੂੰ ਤਿਆਰੀ ਵੀ ਕਰਨੀ ਪੈਂਦੀ ਹੈ। ਇਹਦੇ ਲਈ ਕੁਛ ਨਹੀਂ, ਤੁਸੀਂ ਪਾਸਪੋਰਟ ਲੈ ਕੇ ਜਾਣਾ ਹੁੰਦਾ ਅਤੇ ਉਹ ਤੁਹਾਡਾ ਇੱਕ ਫੋਟੋ ਆਈ ਡੀ ਕਾਰਡ ਜਿਹੜਾ ਹੈਗਾ 4 ਤੋਂ 6 ਹਫ਼ਤਿਆਂ ਦੇ ਵਿੱਚ ਤੁਹਾਡੇ ਘਰ ਆ ਜਾਂਦਾ ਗਾ। ਅਤੇ ਫੋਟੋ ਆਈ ਡੀ ਕੈਨੇਡੀਅਨ ਆਈ ਡੀ ਜ਼ਰੂਰੀ ਹੁੰਦੀ ਹੈ ਕਿਉਂਕਿ ਇਹਨੇ ਆਪਦਾ ਕ੍ਰੈਡਿਟ ਕਾਰਡ ਲੈਣਾ ਸੀਗਾ ਉਹਦੇ ਲਈ, ਕਦੇ ਕਦੇ ਜਗ੍ਹਾ 'ਤੇ ਮੰਗ ਲੈਂਦੇ ਨੇ ਉਹ ਵੀ ਕੈਨੇਡੀਅਨ ਆਈ ਡੀ ਚਾਹੀਦੀ ਸਾਨੂੰ, ਹੋਰ ਕੋਈ ਆਈ ਡੀ ਨਹੀਂ ਚਾਹੀਦੀ ਹੈਗੀ। ਅਤੇ ਬਾਕੀ ਹੁਣ ਆਪਾਂ ਦੂਜਾ ਕੰਮ ਇਹ ਕਰਨ ਚੱਲੇ ਹਾਂ ਅੱਜ, ਅਤੇ ਉਹ ਹੈਗਾ ਆਪਾਂ ਆਪਣੀ ਗੱਡੀ ਦਾ ਜੋ ਹੈ ਟਾਇਰ ਇਨਫਲੇਟਰ ਵਾਪਸ ਕਰਨ ਚੱਲੇ ਹਾਂ ਕੈਨੇਡੀਅਨ ਟਾਇਰ, ਕਿਉਂਕਿ ਉਹ ਖਰਾਬ ਹੋ ਗਿਆ ਸੀਗਾ। ਉਹਦੀ ਵੀ ਕਹਾਣੀ ਤੁਹਾਨੂੰ ਹੁਣ ਗੱਡੀ ਦੇ ਵਿੱਚ ਬਹਿ ਕੇ ਦੱਸਦੇ ਹਾਂ ਅਸੀਂ, ਅਤੇ ਬਾਕੀ ਉੱਥੇ ਜਾ ਕੇ ਸਾਨੂੰ ਰਿਟਰਨ ਕਰਕੇ ਦੱਸਦੇ ਹਾਂ ਕੀ ਬਣਦਾ। ਸੋ ਹੁਣ ਆਪਾਂ ਗੱਡੀ ਦੇ ਵਿੱਚ ਬਹਿ ਚੁੱਕੇ ਹਾਂ ਅਤੇ ਆਪਾਂ ਜਾ ਰਹੇ ਹਾਂ ਟਾਇਰ ਇਨਫਲੇਟਰ ਵਾਪਸ ਕਰਨ ਕੈਨੇਡੀਅਨ ਟਾਇਰ 'ਤੇ। ਉਹ ਇੱਦਾਂ ਹੋ ਗਿਆ ਸੀਗਾ ਮੇਰੀ ਗੱਡੀ ਦਾ ਜੋ ਹੈ ਟਾਇਰ ਪੰਚਰ ਹੋ ਗਿਆ ਸੀ, ਅਤੇ ਜੀ ਹਾਂ ਆਪਾਂ ਗੱਡੀ ਲੈ ਲਈ ਸੀਗੀ ਅਤੇ ਆਪਣਾ ਕਾਫੀ ਜਿਹੜੇ 2 ਸਾਲ ਸਕਿੱਪ ਹੋਏ ਨੇ ਆਪਾਂ ਵਲੋਗ ਨਹੀਂ ਬਣਾਏ ਹੈਗੇ, ਪਰ ਹੁਣ ਟਰਾਈ ਕਰਾਂਗੇ ਵੀ ਰੈਗੂਲਰਲੀ ਆਉਣ ਜੋ ਵੀ ਮੈਂ ਡੇਲੀ ਲਾਈਫ ਦੇ ਵਿੱਚ ਕਰਦਾ ਹਾਂ ਹੈ ਨਾ, ਤਾਂ ਨਾਲ ਨਾਲ ਇਨਫੋਰਮੇਸ਼ਨ ਵੀ ਤੁਹਾਨੂੰ ਮਿਲਦੀ ਰਹੂਗੀ ਵੀ ਮੈਂ ਹੁਣ ਜੀ ਲਾਈਸੈਂਸ ਵੀ ਲੈ ਚੁੱਕਿਆ ਹਾਂ, G2 ਛੱਡੋ ਠੀਕ ਹੈ। ਅਤੇ ਬਾਕੀ ਕਾਫੀ ਇੰਸੀਡੈਂਟ ਹੋਏ ਨੇ ਬਹੁਤ ਜ਼ਿਆਦਾ ਅਤੇ ਉਹ ਤੁਹਾਨੂੰ ਪਰ ਡੇ ਦੱਸਦੇ ਰਹਾਂਗੇ। ਅਤੇ ਹੁਣ ਆਪਾਂ ਬ੍ਰੈਂਪਟਨ ਤੋਂ ਵੀ ਹੈਮਿਲਟਨ ਮੂਵ ਹੋ ਚੁੱਕੇ ਹਾਂ ਅਤੇ ਉਹਦੇ ਪਿੱਛੇ ਵੀ ਕਾਫੀ ਰੀਜ਼ਨ ਸੀਗੇ। ਹੁਣ ਚੱਲਦੇ ਹਾਂ ਕੈਨੇਡੀਅਨ ਟਾਇਰ ਅਤੇ ਉੱਥੇ ਜਾ ਕੇ ਆਪਾਂ ਰਿਟਰਨ ਕਰਦੇ ਹਾਂ। ਕੈਨੇਡੀਅਨ ਟਾਇਰ ਦੀ ਰਿਟਰਨ ਪੋਲਿਸੀ ਹੁੰਦੀ ਹੈ ਵੀ ਤੁਸੀਂ 30 ਦਿਨਾਂ ਤੱਕ ਰਿਟਰਨ ਕਰ ਸਕਦੇ ਹੋ ਕੋਈ ਵੀ ਸਮਾਨ ਜੇ ਉਹਨਾਂ ਤੋਂ ਲਿਆ ਆ ਠੀਕ ਹੈ, ਟੂਲ ਜਾਂ ਕੁਛ ਵੀ ਸਮਾਨ ਜਿਹੜਾ ਖਰਾਬ ਹੋ ਗਿਆ ਉਹ ਤੁਸੀਂ ਵਾਪਸ ਕਰ ਸਕਦੇ ਹੋ, ਇਹ ਵਧੀਆ ਹੈ। ਅਤੇ ਉੱਥੇ ਜਾ ਕੇ ਤੁਹਾਨੂੰ ਇੱਕ ਇਨਫੋ ਹੋਰ ਦੇਣੀ ਹੈ ਵੀ ਕੈਨੇਡੀਅਨ ਟਾਇਰ ਦਾ ਜਿਹੜਾ ਕ੍ਰੈਡਿਟ ਕਾਰਡ ਹੁੰਦਾ ਆ ਉਹ ਕਿੰਨਾ ਕੁ ਫਾਇਦੇਮੰਦ ਹੈ ਇੱਕ ਗੱਡੀ ਵਾਲੇ ਬੰਦੇ ਲਈ, ਅਤੇ ਬਾਕੀ ਦੀਆਂ ਗੱਲਾਂ ਆਪਾਂ ਉੱਥੇ ਜਾ ਕੇ ਕਰਦੇ ਹਾਂ। ਓਕੇ, ਸੋ ਆਪਾਂ ਪਹੁੰਚ ਚੁੱਕੇ ਹਾਂ ਕੈਨੇਡੀਅਨ ਟਾਇਰ, ਅਤੇ ਆਹ ਜਿਹੜਾ ਹੈ ਆਪਾਂ ਲਿਆ ਸੀਗਾ ਟਾਇਰ ਇਨਫਲੇਟਰ ਅਤੇ ਇਹ ਖਰਾਬ ਹੋ ਚੁੱਕਿਆ। ਅਤੇ ਦੂਜੀ ਗੱਲ ਇਹ ਦੱਸਣੀ ਸੀਗੀ ਮੈਂ ਅਤੇ ਵੀ ਜਿਹੜਾ ਬੰਦਾ ਗੱਡੀ ਹੈਗੀ ਹੈ ਜੋ ਬੰਦੇ ਕੋਲ ਉਹਦੇ ਕੋਲ ਕੈਨੇਡੀਅਨ ਟਾਇਰ ਦਾ ਕ੍ਰੈਡਿਟ ਕਾਰਡ ਹੋਣਾ ਜ਼ਰੂਰੀ ਆ, ਮਤਲਬ ਜ਼ਰੂਰੀ ਨਹੀਂ ਹੈ, ਫਾਇਦੇਮੰਦ ਆ। ਜਿਵੇਂ ਮੇਰੇ ਕੋਲ ਹੈਗਾ ਆ ਤਾਂ ਮੈਂ ਜਿਹੜੇ ਹੁਣ ਨਵੇਂ ਨਵੇਂ ਟਾਇਰ ਪਵਾਏ ਨੇ ਗੱਡੀ ਦੇ ਵਿੱਚ ਹੈ ਨਾ, ਤਾਂ ਉਹਨਾਂ ਦਾ ਜਿਹੜਾ ਖਰਚਾ ਬੈਠਾ ਉਹ ਟੋਟਲ ਸੇਲ ਲੱਗੀ ਹੋਈ ਸੀ ਕੈਨੇਡੀਅਨ ਟਾਇਰ 'ਤੇ ਜੇ ਅਤੇ ਕੈਸ਼ ਬੈਕ ਵੀ ਆ ਜਾਂਦਾ ਆਪਾਂ ਨੂੰ, ਅਤੇ ਟੋਟਲ ਮੈਨੂੰ 653 ਪਿਆ। ਅਤੇ ਉਹਦਾ ਜਿਹੜੀ ਬਹੁਤ ਹੀ ਵਧੀਆ ਗੱਲ ਹੋਈ ਆ ਉਹ ਇਹ ਹੋਈ ਹੈ ਕਿ ਆਪਣੇ ਇੰਸਟਾਲਮੈਂਟਾਂ ਹੋ ਗਈਆਂ ਵੀ ਸਿਰਫ 0% 'ਤੇ। ਠੀਕ ਹੈ, ਤੁਸੀਂ ਬੇਸਿਕਲੀ ਉਹਦੇ ਲਈ ਕੀ ਕਰ ਸਕਦੇ ਹੋ, ਤੁਸੀਂ ਸਿੰਪਲ ਸਟੋਰ ਦੇ ਅੰਦਰ ਜਾਣਾ ਗਾ ਅਤੇ ਉਹਦੇ ਅੰਦਰ ਜਾ ਕੇ ਤੁਸੀਂ ਕਹਿ ਦਿਓ ਕਿ ਮੈਨੂੰ ਕੈਨੇਡੀਅਨ ਟਾਇਰ ਦਾ ਕ੍ਰੈਡਿਟ ਕਾਰਡ ਚਾਹੀਦਾ ਵਾ, ਅਤੇ ਤੁਹਾਨੂੰ ਕੀ ਆ ਉਹਦੇ ਲਈ ਜਿਵੇਂ ਆਪਾਂ ਕਹਿ ਦਈਏ ਕੈਨੇਡੀਅਨ ਆਈ ਡੀ ਪਰੂਫ ਚਾਹੀਦਾ ਹੁੰਦਾ ਗਾ। ਅਤੇ ਹੁਣ ਮੈਂ ਫਿਲਹਾਲ ਇਹ ਰਿਟਰਨ ਕਰਨ ਚੱਲਾਂਗਾ ਅਤੇ ਬਾਕੀ ਦਾ ਵਲੋਗ ਤੁਹਾਨੂੰ ਗੱਡੀ 'ਚ ਜਾ ਕੇ ਬਣਾਉਣੇ ਆ। ਅਤੇ ਥੋੜ੍ਹਾ ਜਿਹਾ ਇੱਕ ਜਿਹੜਾ ਆਪਾਂ ਕਹਿ ਦਈਏ ਸਰਪ੍ਰਾਈਜ਼ ਉਹ ਆ, ਉਹ ਇਸ ਤੋਂ ਬਾਅਦ 'ਚ ਅਸੀਂ ਜਾਵਾਂਗੇ ਅਤੇ ਤੁਹਾਨੂੰ ਉੱਥੇ ਪਤਾ ਲੱਗੂਗਾ। ਓਕੇ ਬਾਏ। ਹਾਂਜੀ, ਸੋ ਆਪਾਂ ਕਰਕੇ ਆ ਚੁੱਕੇ ਹਾਂ ਰਿਟਰਨ। ਅਤੇ ਬੇਸਿਕਲੀ ਇਹਦੇ ਫਾਇਦੇ ਇਹ ਹੁੰਦੇ ਨੇ ਕਿ ਤੁਸੀਂ ਕੋਈ ਵੀ ਚੀਜ਼ ਲੈਣੀ ਆ ਉਹਦਾ ਤੁਹਾਨੂੰ ਕੈਸ਼ਬੈਕ ਆ ਜਾਂਦਾ ਆ। ਠੀਕ ਹੈ, ਅਤੇ ਅਪਲਾਈ ਕਰਨਾ ਵੀ ਇੰਨਾ ਔਖਾ ਨਹੀਂ ਹੁੰਦਾ, ਬਸ ਇਹ ਗੱਲ ਹੈ ਕਿ ਇਹ ਗੱਲ ਧਿਆਨ 'ਚ ਰੱਖਿਓ ਜਦੋਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਪਰੂਫ ਲੈ ਕੇ ਜਾਣਾ ਪੈਂਦਾ ਉਹ ਕੈਨੇਡੀਅਨ ਆਈ ਡੀ ਹੋਣੀ ਚਾਹੀਦੀ ਹੈ। ਤਾਂ ਹੀ ਕਰਕੇ ਜਿਹੜਾ ਮੇਰੇ ਨਾਲ ਦਾ ਗਾ ਇਹਨੇ ਕੀ ਕਹਿੰਦਾ ਹੁੰਦੇ ਆ ਫੋਟੋ ਆਈ ਡੀ ਬਣਵਾਈ, ਅਤੇ ਉਹ ਜ਼ਰੂਰੀ ਹੁੰਦੀ ਹੈ। ਉਦੋਂ ਬਾਅਦ ਦੇ ਵਿੱਚ ਮੈਂ ਕੀ ਕਹਿ ਰਿਹਾ ਸੀਗਾ ਕਿ ਤੁਹਾਨੂੰ ਫਿਊਲ 'ਤੇ ਵੀ ਡਿਸਕਾਊਂਟ ਮਿਲਦਾ ਆ ਜੇ ਤੁਸੀਂ ਫਿਊਲ ਫਿਲਅਪ ਕਰਾਉਂਦੇ ਹੋ ਨਾ ਕੈਨੇਡੀਅਨ ਟਾਇਰ ਤੋਂ, ਅਤੇ ਇਹਦਾ ਹੀ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਤਾਂ ਤੁਹਾਨੂੰ ਆਲਮੋਸਟ ਕੈਸ਼ਬੈਕ ਇੰਨਾ ਕੁ ਆ ਜਾਂਦਾ ਕਿ ਜੇ ਤੁਸੀਂ ਆਇਲ ਚੇਂਜ ਕਰਾਉਂਦੇ ਹੋ ਗੱਡੀ ਦਾ ਹੈ ਨਾ, ਤਾਂ ਉਹਦੇ 'ਤੇ ਜਿਹੜੀਆਂ ਸੇਲਾਂ ਲੱਗੀਆਂ ਹੁੰਦੀਆਂ ਨੇ
ਤਾਂ ਆਲਮੋਸਟ ਉਹ ਫਰੀ ਦੇ ਵਿੱਚ ਕਾਈਂਡ ਆਫ ਹੋ ਜਾਂਦਾ ਹੈ, ਉਹਨਾਂ ਤੁਹਾਨੂੰ ਕੈਸ਼ਬੈਕ ਆ ਜਾਂਦਾ ਹੈ। ਅਤੇ ਦੂਜਾ ਮੈਂ ਕ੍ਰੈਡਿਟ ਕਾਰਡ ਦੀ ਇਨਫੋ ਹੀ ਦੇਣੀ ਸੀਗੀ, ਮੇਰੇ ਕੋਲ ਰੋਜਰਸ ਦਾ ਵੀ ਕ੍ਰੈਡਿਟ ਕਾਰਡ ਆ। ਹੁਣ ਅਸੀਂ ਰੋਜਰਸ ਦੇ ਸਟੋਰ ਚੱਲੇ ਹਾਂ, ਆਈਫੋਨ 16 ਪ੍ਰੋ ਮੈਕਸ ਆ ਚੁੱਕਿਆ ਅਤੇ ਉਹ ਆਪਾਂ ਚੱਕਣ ਚੱਲੇ ਹਾਂ, ਉਹਦਾ ਹੀ ਇੱਕ ਸਰਪ੍ਰਾਈਜ਼ ਸੀਗਾ। ਅਤੇ ਹੁਣ ਆਪਾਂ ਚੱਲੇ ਹਾਂ ਉਹਨੂੰ ਪਿਕਅਪ ਕਰਨ। ਮੈਂ ਪ੍ਰੀ ਆਰਡਰ ਕੀਤਾ ਸੀਗਾ, ਆਲਮੋਸਟ ਇੱਕ ਮਹੀਨਾ ਲੱਗ ਗਿਆ ਉਹਨੂੰ ਆਉਣ 'ਤੇ। ਜੇ ਤੁਸੀਂ ਉੱਦਾਂ ਜੰਪ ਪਲੱਸ ਦੇ ਸਟੋਰ 'ਤੇ ਜਾਂਦੇ ਹੋ ਤਾਂ ਤੁਹਾਨੂੰ ਛੇਤੀ ਮਿਲ ਜਾਂਦਾ, ਬਟ ਮੈਂ ਇਹਦੇ ਰੋਜਰ ਦੇ ਸਟੋਰ 'ਤੇ ਹੀ ਪਿਕਅਪ ਕਰਾਇਆ ਸੀਗਾ ਤਾਂ ਉਹ ਸ਼ਿਪ ਹੋ ਗਿਆ ਸੀਗਾ। ਮੈਨੂੰ ਮੇਲ ਆਈ ਹੈਗੀ ਸੈਟਰਡੇ ਨੂੰ ਕਿ ਸੁਣ 3 ਦਿਨਾਂ 'ਚ ਆ ਜੂਗਾ ਸਟੋਰ 'ਤੇ, ਅਤੇ ਅੱਜ ਹੋਇਆ ਮੰਡੇ। ਅਤੇ ਜੋ ਕਿ ਮੈਂ ਸੋਚਿਆ ਸੀਗਾ ਕਿ ਅੱਜ ਕਾਲ ਆਈ ਮੈਨੂੰ ਉਹਨਾਂ ਦੀ, ਅਤੇ ਉਹ ਕਹਿੰਦੇ ਕਿ ਤੁਹਾਡਾ ਫੋਨ ਆ ਚੁੱਕਿਆ, ਅਤੇ ਮੇ ਬੀ ਉਹ 'ਤੇ ਆਪਾਂ ਵਲੋਗ ਬਣਾਇਆ ਕਰੀਏ ਫੋਰ ਸ਼ੋਰ। ਉਹਦੇ ਲਈ ਮੈਂ ਪਰਚੇਜ਼ ਕੀਤਾ ਆ ਉਹ, ਅਤੇ ਜਿਹੜਾ ਆਪਣੇ ਕੋਲ ਪਹਿਲਾਂ ਫੋਨ ਹੁੰਦਾ ਸੀਗਾ ਉਹਦੀ ਹਾਲਤ ਮੈਂ ਤੁਹਾਨੂੰ ਘਰ ਜਾ ਕੇ ਦੱਸੂੰਗਾ ਹਜੇ। ਬਾਕੀ ਆਪਾਂ ਚੱਲਦੇ ਹਾਂ ਰੋਜਰਸ ਦੇ ਸਟੋਰ 'ਤੇ। ਮੇਰਾ ਰੋਜਰ ਦਾ ਜਿਹੜਾ ਬਿੱਲ ਆਉਂਦਾ ਆ ਉਹ ਵੀ ਕਾਈਂਡ ਆਫ ਫਰੀ ਹੋ ਜਾਂਦਾ, ਉਹ ਕਿਵੇਂ ਹੁੰਦਾ ਆ ਉਹ ਵੀ ਤੁਹਾਨੂੰ ਆਪਾਂ ਗੱਲਾਂ ਉੱਥੇ ਜਾ ਕੇ ਦੱਸਦੇ ਹਾਂ। ਅਤੇ ਚਲੋ ਚੱਲਦੇ ਹਾਂ, ਬਾਏ। ਓ ਸਤਿ ਸ਼੍ਰੀ ਅਕਾਲ ਜੀ, ਦੁਬਾਰਾ ਆਪਣੇ ਕੋਲ ਆ ਚੁੱਕਿਆ ਹੈਗਾ ਆਈਫੋਨ 16 ਪ੍ਰੋ ਮੈਕਸ, ਅਤੇ ਉਹਦੀ ਵੀ ਵੀਡੀਓ ਕੁਆਲਿਟੀ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ। ਅਤੇ ਫਿਲਹਾਲ ਆਪਾਂ ਲੈ ਆਏ ਹਾਂ, ਠੀਕ ਹੈ, ਅਤੇ ਇਹਦੀ ਅਨਬੋਕਸਿੰਗ ਆਪਾਂ ਘਰ ਜਾ ਕੇ ਕਰਾਂਗੇ, ਅਤੇ ਸਾਰਾ ਸੌਦਾ ਪਤਾ ਵੀ ਕਿੰਨੇ ਦਾ ਪਿਆ ਕਿੰਨੇ ਦਾ ਨਹੀਂ ਇਹ ਤੁਹਾਨੂੰ ਘਰ ਜਾ ਕੇ ਦੱਸਦੇ ਹਾਂ। ਫਿਲਹਾਲ ਲਈ ਮੈਂ ਬਹੁਤ ਖੁਸ਼ ਹਾਂ, ਅਤੇ ਅਸੀਂ ਜਾ ਰਹੇ ਹਾਂ ਕਿਤੇ ਖਾਣ ਪੀਣ, ਅਤੇ ਉਹ ਹਜੇ ਡਿਸਾਈਡ ਹੋਇਆ ਨੀਗਾ, ਅਤੇ ਉਦੋਂ ਬਾਅਦ 'ਚ ਆਪਾਂ ਜਾਵਾਂਗੇ ਘਰ। ਅਤੇ ਅੱਜ ਮੈਂ ਲੰਡਨ ਵੀ ਜਾਣਾ ਗਾ ਮੇਰੇ ਭਰਾ ਕੋਲ, ਅਤੇ ਉੱਥੇ ਵੀ ਇੱਕ ਮੈਂ ਤੁਹਾਨੂੰ ਦੱਸਣਾ ਗਾ ਕਿ ਅਸੀਂ ਜਾਣਾ ਗਾ ਇੰਟਰਵਿਊ ਦੇਣ, ਉਹ ਹੈਗਾ ਫਾਰਮ ਦਾ ਇੰਟਰਵਿਊ, ਰਾਈਟ, ਕਿ ਉੱਥੇ ਲਾਈਫ ਸਟੋਕ ਅਤੇ ਫਾਰਮਿੰਗ ਦੀ ਲੋੜ ਆ, ਉਹਦੀ ਜੋਬ ਲਈ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਹ ਵੀ ਤੁਹਾਨੂੰ ਮੈਂ ਇਨਫੋ ਦੱਸ ਦੂੰਗਾ। ਜੇ ਤੁਹਾਡੇ ਕੋਲ ਬੈਕ ਐਂਡ ਇੰਡੀਆ ਦਾ ਐਕਸਪੀਰੀਅੰਸ ਹੈਗਾ ਆ ਅਤੇ ਤੁਸੀਂ ਇੱਥੇ ਆ ਕੇ ਤੁਸੀਂ ਆਪਣਾ ਰਿਜ਼ਿਊਮੇ ਬਿਲਡ ਕਰਨਾ ਆ, ਠੀਕ ਹੈ, ਅਤੇ ਉਹਦੀ ਜਿਹੜੀ ਵੀ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਦੱਸ ਦੂੰਗਾ ਘਰ ਜਾ ਕੇ। ਅਤੇ ਵਲੋਗ ਥੋੜ੍ਹਾ ਜਿਹਾ ਲੰਬਾ ਹੋਣ ਵਾਲਾ ਕਿਉਂਕਿ ਕਾਫੀ ਦਿਨਾਂ ਕਾਫੀ ਸਾਲਾਂ ਬਾਅਦ ਬਣਾ ਰਹੇ ਹਾਂ, ਅਤੇ ਸਾਰੀ ਇਨਫੋ ਤੁਹਾਨੂੰ ਘਰ ਜਾ ਕੇ ਦੱਸਦੇ ਹਾਂ ਤਸੱਲੀ ਨਾਲ ਬਹਿ ਕੇ। ਅਤੇ ਹੁਣ ਅਸੀਂ ਜਾ ਰਹੇ ਹਾਂ ਖਾਣ ਪੀਣ, ਅਤੇ ਮਾੜਾ ਜਿਹਾ ਖਾ ਪੀ ਲਈਏ ਕਿਉਂਕਿ ਨਵਾਂ ਫੋਨ ਆਇਆ ਅਤੇ ਆਪਾਂ ਪਾਰਟੀ ਦੇ ਨਹੀਂ ਰਹੇ, ਆਪਾਂ ਪਾਰਟੀ ਲੈ ਰਹੇ ਹਾਂ। ਅਤੇ ਕਿਉਂਕਿ ਫਿਲਹਾਲ ਲਈ 16 ਪ੍ਰੋ ਮੈਕਸ 19-20 ਦਾ ਫਰਕ ਹੈ। 19-20 ਕਾ ਹੀ ਤੋ ਫਰਕ ਹੈ ਬਸ। ਯਹਾਂ ਕੋਈ ਹੈ ਤੂੰ? ਯੈਸ ਗੁੱਡ। 19-20 ਕਾ ਫਰਕ ਹੈ? 19-20 ਕਾ ਫਰਕ ਹੈ? 19-20 ਕਾ ਫਰਕ ਹੈ? 19-20 ਕਾ ਫਰਕ ਹੈ? ਇਸਮੇ ਉਸਮੇ 19 ਲੱਖ ਕਾ ਫਰਕ ਹੈ। 19-20 ਕਾ ਕਿਆ? ਪੂਰੇ 20x20 ਹੈ 16 ਪ੍ਰੋ ਮੈਕਸ ਨਿਆ। 19-20 ਕਾ ਫਰਕ ਹੈ? ਮਾੜੀ ਨੀ ਹੈਗੀ, ਸੋ ਆਈ ਵਿਲ ਟਰਾਈ ਟੂ ਮੇਕ ਇਨ ਇੰਗਲਿਸ਼ ਐਜ਼ ਵੈਲ, ਤਾਂ ਮੇਰੀ ਆਈਲਟਸ ਦੀ ਤਿਆਰੀ ਵੀ ਹੋ ਜੂਗੀ। ਆਲਦੋ ਮੇਰਾ ਵਰਕ ਪਰਮਿਟ ਅਪਲਾਈ ਹੋ ਚੁੱਕਾ ਹੈ, ਸੋਰੀ ਫੋਰ ਦੋਜ਼ ਗਾਈਜ਼ ਜਿਹਨਾਂ ਨੂੰ ਆ ਵੀ ਗਿਆ ਉਹ ਸੋਰੀ ਗਾਈਜ਼, ਇੰਨਾ ਆਪਾਂ ਅੱਗੇ ਵੱਧ ਗਿਆ ਲਾਈਫ 'ਚ, ਵਲੌਗ ਪਿੱਛੇ ਰਹਿ ਗਏ ਨੇ, ਅਤੇ ਕਾਫੀ ਇੰਸੀਡੈਂਟ ਹੋ ਚੁੱਕੇ ਨੇ ਕਾਫੀ, ਲਾਈਕ ਵਰਕ ਪਰਮਿਟ ਵੀ ਆ ਗਿਆ, ਕਨਵੋਕੇਸ਼ਨ ਵੀ ਚਲੀ ਗਈ, ਬਟ ਕਨਵੋਕੇਸ਼ਨ 'ਤੇ ਕੋਈ ਆਇਆ ਨਹੀਂ, ਉਹ ਵੀ ਲੰਬੀ ਸਟੋਰੀ ਹੈ, ਪਰ ਕੋਈ ਗੱਲ ਨਹੀਂ, ਸਾਰੀਆਂ ਸਟੋਰੀਆਂ ਆਪਾਂ ਤੁਹਾਨੂੰ ਹੌਲੀ ਹੌਲੀ ਦੱਸਦੇ ਰਹਾਂਗੇ ਜਿਵੇਂ ਜਿਵੇਂ ਵਲੌਗ ਆਉਂਦੇ ਰਹਿਣਗੇ। ਕੱਲ੍ਹ ਦਾ ਵੀ ਆਪਣਾ ਵਲੌਗ ਬਹੁਤ ਹੀ ਧਾਕੜ ਹੋਣ ਵਾਲਾ, ਅੱਜ ਦਾ ਵਲੌਗ ਮੇਰੇ ਵਲੌਗ ਆਲਮੋਸਟ 20 ਮਿੰਟ ਦੀ ਟਾਈਮਿੰਗ ਰੱਖਾਂਗੇ ਆਪਾਂ, ਠੀਕ ਆ। ਫਿਲਹਾਲ ਲਈ ਆਪਾਂ ਗੱਡੀ ਸਟਾਰਟ ਕਰ ਲਈ ਆ, ਅਤੇ ਆਪਣੇ ਕੋਲ ਗੱਡੀ ਕਿਹੜੀ ਆ ਤਾਂ ਵੀ ਸਪੈਸ਼ਲ ਵਲੌਗ ਆ ਜੂਗਾ। ਸੋ ਆਪਣਾ ਵਲੌਗ ਅੱਗੇ ਕੰਟੀਨਿਊ ਹੁੰਦਾ ਜੀ, ਆਪਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਉਦੋਂ ਬਾਅਦ 'ਚ ਆਪਾਂ ਆਉਣਾ ਸੀਗਾ ਲੰਡਨ, ਲੰਡਨ ਕਿਉਂਕਿ ਆਪਣੀ ਸੀਗੀ ਇੰਟਰਵਿਊ, ਇੰਟਰਵਿਊ ਸੀਗੀ ਖੇਤਾਂ ਵਾਲੇ ਪਾਸੇ। ਮੈਂ ਤੁਹਾਨੂੰ ਫਾਰਮਿੰਗ ਦਾ ਵੀ ਵਿਊ ਦਿਖਾ ਦੂੰਗਾ। ਆਪਾਂ ਇੱਥੇ ਆਏ ਸੀਗੇ ਇੰਟਰਵਿਊ ਦੇਣ, ਇੰਟਰਵਿਊ ਹੈਗੇ ਆ ਸਾਡੀ ਜਿਵੇਂ ਕੋਈ ਵੀ ਖੇਤੀਬਾੜੀ ਦਾ ਕੰਮ ਹੁੰਦਾ ਆ, ਉਹਦਾ ਰੀਜ਼ਨ ਇਹ ਆ ਅਸੀਂ
मेल भेजी सी इस बंदे नूं उहदा वी तुहानूं सारा प्रोसैस मैं इदां दस दिंदा आ कि मैं ऑनलाइन सर्च किया सीगा क्योंकि मेरा भरा आया हुआ इंडिया तो ते इने बैकएंड ते हना इंडिया सारा खेतीबाड़ी दे काम कीता फार्मिंग है पूरा 10-12 साल दा एक्सपीरियंस हैगा इहनूं असी ईमेल भेजी सीगी उदू बाद च देख के जदों असीं इंडीड देखिया इंडीड खुल्लिया फर्स्ट ऑफ ऑल ते उत्थे असीं देखिया वी तुसीं अप्लाई कर सकदे हो ईमेल दे थ्रू मैं इहदा रिज्यूमे बणाया रिज्यूमे च पूरा फार्मिंग एक्सपीरियंस पाता वी 10-12 साल जिन्ना वी हैगा वी इहने की कुछ कीता किहड़े किहड़े मशीनां यूज कीतियां ने किहड़ा किहड़ा ट्रैक्टर बेसिकली सारा कुछ डिटेल च इक तुसीं पा सकदे हो ते तुसीं ईमेल इहनां नूं फॉरवर्ड कर दोगे जिहड़ा वी डीडीड ते नंबर वी दित्ता हुंदा उहनां ने ईमेल दे नाल सारा कुछ फॉरवर्ड करके तुसीं ते इह जॉब लई अप्लाई कर सकदे हो। हुण असीं इत्थे पहुँच गए इंटरव्यू लई ते उह हजे आपदा काम करी जांदे आ असीं साउथ इंडियन नाल भी हुण वी गल करके हटे आ उहनूं 6 महीने होए इस काम ते असीं देखदे आ वी इंटरव्यू तों बाद दी तुहानूं डिटेल दस्सांगे इंटरव्यू च की पुछिआ उहने ते किद्दां वी जो वी गल्लबात रही। बाकी अपना व्लॉग बस ऑलमोस्ट एंड होण वाला ही अज्ज दे दिन दा कल आपां जाणांगा ट्रक वाले काम ते उहदा वी तुहानूं दस्सांगे पिछले 2 सालां च असीं आपां किन्ने काम करे किन्ने छड्डते उह पूरी स्टोरी मैं तुहानूं दस रिहा विच हना वी की कुछ बणिआ मेरी लाइफ च वो 2 साल जिहड़े स्किप होए ने हौली हौली तुहानूं नाल नाल आपां दस्सदे रहांगे। मैं तुहानूं इंट्रोड्यूस कराउण लगा मेरे मासी दे मुंडे दे नाल इह आएगा इंडिया तों ते इही है उह जिहने मतलब 10-12 साल फार्मिंग दा कीता आ ते इहदा वी आपां इक रिव्यू लवांगे वी कनेडा तुहानूं किद्दां दा लग्गिआ जिद्दां तुसीं सोच के आए सी इंडिया तों। हांजी कनेडा कंट्री वधिआ आ कोई एड्डी माड़ी कंट्री नहीं वैदर वधिआ आ इत्थों दे रूल्स वधिआ आ जी इत्थों दे लोक वधिआ आ मशीन चल रही है ते ओ अपनी सोयाबीन वड रहे है बहुत वधिया लग रहा है। इंडिया नालों तुहानूं की फर्क लग्या उरे वी जिवें गड्डियां नूं लैके ला लो या रोड दा ला लो या रूल दा ला लो ਕੀ ਫਰਕ ਤੁਹਾਨੂੰ ਪ੍ਰਤੀਤ ਹੋਇਆ ਲੋਕਾਂ ਦੇ ਵਿੱਚ? ਇੰਡੀਆ ਦੇ ਨਾਲੋਂ ਲੈ ਕੇ ਇੱਕ ਤਾਂ ਵੱਧ ਤੋਂ ਵੱਡੀ ਖਾਸ ਗੱਲ ਹੈਗੀ ਕਿ ਇੱਥੇ ਕੋਈ ਹਾਰਨ ਕੋਈ ਮੰਨ ਲਓ ਸਾਊਂਡ ਕੁਛ ਨਹੀਂ ਹੈਗਾ ਆ। ਹਾਂਜੀ ਠੀਕ ਹੈ ਜਾਂ ਨਾ ਕੋਈ ਪ੍ਰਦੂਸ਼ਣ ਹੈ ਮਤਲਬ ਸਾਫ਼ ਹਵਾ ਆ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਕੋਈ ਠੀਕ ਹੈ ਕੋਈ ਆਪਣੇ ਇੰਡੀਆ ਵਾਂਗੂ ਕੋਈ ਪੰਜਾਬ 'ਚ ਜਿਵੇਂ ਆਪਣੇ ਗੰਦ ਪਾਉਂਦੇ ਫਿਰਦੇ ਆ ਮਤਲਬ ਦਾਰੂ ਪੀ ਕੇ ਗੱਡੀਆਂ ਚਲਾਉਂਦੇ ਆ ਉਹੋ ਜਿਹਾ ਇੱਥੇ ਕੁਛ ਨਹੀਂ ਮਿਲਦਾ ਆ। ਇੱਥੋਂ ਦੇ ਮਤਲਬ ਰੂਲ ਵਧੀਆ ਆ ਜੇ ਕੋਈ ਬੰਦਾ ਮਤਲਬ ਫੜਿਆ ਜਾਂਦਾ ਆ ਸ਼ਰਾਬ ਪੀ ਕੇ ਉਸ ਨੂੰ ਪੁਲਿਸ ਉਹਦੇ ਉੱਤੇ ਐਕਸ਼ਨ ਲੈਂਦੀ ਆ। ਹੁਣ ਤਾਂ ਸਿੱਧਾ ਡਿਪੋਰਟ ਦਾ ਕਰ ਦਿੱਤਾ ਜਿਵੇਂ ਤੁਹਾਨੂੰ ਪਤਾ ਹੋਣਾ ਵੀ ਡਰੰਕ ਐਂਡ ਡਰਾਈਵ ਕੇਸ ਹੁਣ ਜੇ ਉਹ ਪੀਆਰ ਆ ਭਾਵੇਂ ਕੁਛ ਵੀ ਆ ਸਿੱਧਾ ਡਿਪੋਰਟ ਆ ਹੁਣ ਹੁਣ ਥੋੜੇ ਥੋੜੇ ਹੋਰ ਵੀ ਜ਼ਿਆਦਾ ਸਟ੍ਰਿਕਟ ਹੁੰਦੇ ਜਾ ਰਹੇ ਆ ਸਟੂਡੈਂਟ ਦੇ ਖਿਲਾਫ਼ ਤਾਂ ਖਾਸ ਕਰਕੇ ਤੇ ਹੁਣ ਤਾਂ ਵੈਸੇ ਹੁਣ ਤੁਹਾਨੂੰ ਕੀ ਲੱਗਦਾ ਵੀ ਸਟੂਡੈਂਟ ਐਜ਼ ਅ ਸਟੂਡੈਂਟ ਆਉਣਾ ਕੈਨੇਡਾ 'ਚ ਵਰਥ ਇੱਟ ਹੈਗਾ ਕਿ ਨਹੀਂ? ਨਾ ਨਾ ਸਟੂਡੈਂਟ ਦਾ ਕੋਈ ਫਾਇਦਾ ਨਹੀਂ ਹੈਗਾ ਗਾ ਕਿਉਂਕਿ ਸਟੂਡੈਂਟ ਜਿਹੜੇ ਪਹਿਲਾਂ ਵਾਲੇ ਆ ਉਹ ਵੀ ਸਾਲ ਸਾਲ ਤੋਂ ਧੱਕੇ ਖਾ ਰਹੇ ਆ ਉਹਨਾਂ ਨੂੰ ਕੰਮ ਨਹੀਂ ਮਿਲਿਆ। ਸੋ ਵੀ ਜੋ ਵੀ ਨਵੇਂ ਸਟੂਡੈਂਟ ਆ ਉਹ ਕੈਨੇਡਾ ਨਾ ਆਇਓ ਜੇ ਆਉਣਾ ਆ ਸਟੱਡੀ ਕਰੋ ਜੇ ਕੋਈ ਸਕਿੱਲ ਹੈਗੀ ਆ ਜਿਵੇਂ ਵੈਲਡਰ ਦੇ ਵਿੱਚ ਹੋ ਗਿਆ ਕੋਈ ਮਤਲਬ ਨਰਸਿੰਗ ਦੇ ਵਿੱਚ ਕੋਈ ਆਉਂਦਾ ਆ ਡਾਕਟਰੀ ਲਾਈਨ ਦੇ ਵਿੱਚ ਜਾਂ ਕੋਈ ਮਤਲਬ ਕੋਈ ਅਦਰ ਸਕਿੱਲ ਕੋਈ ਕਿਸੇ ਕੋਲ ਵੀ ਹੈਗੀ ਆ ਪਲੰਬਰ ਦੀ ਹੋ ਗਈ ਇਲੈਕਟ੍ਰੀਸ਼ੀਅਨ ਦੀ ਹੋ ਗਈ ਜਾਂ ਕੁਛ ਵੀ ਕੋਈ ਵੀ ਸਕਿੱਲ ਵਾਲਾ ਹੋ ਗਿਆ ਉਹ ਉਹਨਾਂ ਨੂੰ ਮਤਲਬ ਆ ਸਕਦੇ ਆ ਉਹਨਾਂ ਨੂੰ ਕੋਈ ਚੱਕਰ ਨਹੀਂ ਬਟ ਏਦਾਂ ਮਤਲਬ ਘਰੋਂ ਵੀ ਸਰਦਾ ਵਰਦਾ ਹੋਵੇ ਗੁਰਦਾਸ ਮਾਨ ਨੇ ਆਖਿਆ ਸੀਗਾ ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ ਆਪਾਂ ਜਿਹੜੇ ਮੁਲਕ ਦਾ ਖਾਂਦੇ ਆ ਆਪਾਂ ਉਸਨੂੰ ਮਾੜਾ ਨੀ ਕਹਿੰਦੇ ਪਰ ਜਿਹਨੇ ਆਪਾਂ ਨੂੰ ਰੋਟੀ ਦਿੱਤੀ ਆ ਸਾਰਾ ਕੁਛ ਦਿੱਤਾ ਉਹ ਮੁਲਕ ਚੰਗਾ ਆ ਇੰਡੀਆ ਆਪਦੇ ਹਿਸਾਬ ਤੇ ਚੰਗਾ ਆ ਇਹ ਆਪਦੇ ਹਿਸਾਬ ਚੰਗਾ ਆ। ਬਾਕੀ ਜਿਹੜੀ ਇੰਪੋਰਟੈਂਟ ਗੱਲ ਮੈਂ ਇਹ ਕਹੂੰਗਾ ਵੀ ਜਿਹੜਾ ਵੀ ਬੰਦਾ ਇੰਡੀਆ ਤੋਂ ਆ ਰਿਹਾ ਭਾਵੇਂ ਦੀ ਉਹ ਸਪਾਊਸ ਵੀਜ਼ੇ ਤੇ ਆ ਰਿਹਾ ਹਨਾ ਭਾਵੇਂ ਦੀ ਪੀਆਰ ਸਿੱਧਾ ਹੋ ਕੇ ਆ ਰਿਹਾ ਤੇ ਬੇਸਿਕ ਇੰਗਲਿਸ਼ ਤੁਸੀਂ ਮਾੜੀ ਸਿੱਖ ਕੇ ਆਇਓ ਠੀਕ ਹੈ ਵੀ ਤੁਹਾਨੂੰ ਬੋਲਣੀ ਥੋੜ੍ਹੀ ਜਿਹੀ ਆਉਣੀ ਚਾਹੀਦੀ ਆ ਉਹ ਇੱਥੇ ਮਤਲਬ ਲੋੜ ਪੈ ਜਾਂਦੀ ਆ ਹਰੇਕ ਥਾਂ 'ਤੇ ਕਿਉਂਕਿ ਓਬਵੀਅਸਲੀ ਇੰਗਲਿਸ਼ ਕੰਟਰੀ ਆ ਹਨਾ ਤਾਂ ਆਪਦੀ ਮਾੜੀ ਜਿਹੀ ਇੰਗਲਿਸ਼ ਜੋ ਹੈ ਥੋੜ੍ਹੀ ਜਿਹੀ ਇੰਪਰੂਵ ਕਰਕੇ ਆਇਓ ਭਾਵੇਂ ਦੀ ਘੱਟ ਵੱਧ ਦੀ ਕਲਾਸਾਂ ਲਾ ਲਿਓ ਪਰ ਥੋੜ੍ਹੀ ਬਹੁਤ ਸਿੱਖ ਕੇ ਜ਼ਰੂਰ ਆਇਓ ਅਤੇ ਬਾਕੀ ਅਸੀਂ ਤੁਹਾਨੂੰ ਬਾਹਰ ਦਾ ਵਿਊ ਥੋੜ੍ਹਾ ਜਿਹਾ ਦਿਖਾ ਦਿੰਦੇ ਹਾਂ ਵੀ ਕਿੱਦਾਂ ਹਨਾ ਉਰੇ ਕੰਬਾਈਨਾਂ ਵਗੈਰਾ ਚੱਲਦੀਆਂ ਨੇਗੀਆਂ ਜਮ੍ਹਾਂ ਇੰਡੀਆ ਵਰਗੀ ਆ ਮਾਹੌਲ ਸਾਰਾ ਦਾ ਸਾਰਾ ਸੋ ਉਦੋਂ ਬਾਅਦ 'ਚ ਆਪਾਂ ਆ ਗਏ ਸੀਗੇ ਘਰੇ ਅਤੇ ਇੰਟਰਵਿਊ ਆਪਣਾ ਹੋ ਗਿਆ ਆ ਉਹਨੂੰ ਬੇਸਿਕਲੀ ਲੋੜ ਸੀਗੀ ਬੰਦੇ ਦੀ ਜੇ ਉਹਨੇ ਮੋਟਾ ਮੋਟਾ ਹਿਸਾਬ ਦੱਸਿਆ ਹੈਗਾ ਵੀ ਰੱਖਾਂਗੇ ਨਹੀਂ ਰੱਖਾਂਗੇ ਇਹ ਨਹੀਂ ਦੱਸਿਆ ਹੈਗਾ
ਉਹਨੇ ਸਾਰਾ ਕੁਝ ਦੱਸਤਾ ਵੀ ਉਹਦੇ ਕੋਲ ਹੈ ਨਾ 1600 ਏਕੜ ਜ਼ਮੀਨ ਹੈਗੀ ਆ ਤੇ ਜਿਹੜਾ ਸਮਾਜ ਹੈ ਉਹ ਫਾਰਮਿੰਗ 'ਚ ਕੰਮ ਕਰਾਉਂਦਾ ਆ ਤੇ ਜਿਹੜੇ ਜਦੋਂ ਸਰਦੀਆਂ ਆ ਜਾਂਦੇ ਨੇ ਫਿਰ ਉਹ ਕਰਾਉਂਦਾ ਆ ਇੱਥੇ ਮੱਝਾਂ ਗਾਵਾਂ ਦਾ ਕੰਮ ਹੁੰਦਾ ਲਾਈਫ ਸਟਾਕ ਦਾ ਉਹਦੇ ਵਿੱਚ ਕੰਮ ਕਰਾਉਂਦਾ ਆ ਉਹਨੇ ਸਾਡੇ ਤੋਂ ਪੁੱਛਿਆ ਵੀ ਹੈ ਨਾ ਵੀ ਤੁਹਾਡੇ ਕੋਲ ਕਿੰਨਾ ਕੁ ਐਕਸਪੀਰੀਅੰਸ ਹੈਗਾ ਜੀ ਹੈਗਾ ਆ ਵੀ ਗੱਡੀ ਦੀ ਲੋੜ ਪੈਂਦੀ ਆ ਓਬਵੀਅਸਲੀ ਫਾਰਮ 'ਤੇ ਜਾਣ ਨੂੰ ਹੈ ਨਾ ਅਤੇ ਉਦੋਂ ਕੰਬਾਈਨ ਚਲਾਈ ਜਾਂਦਾ ਸੀਗਾ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਚੁੱਕਿਆ ਪਹਿਲਾਂ ਹੀ ਆ ਕੇ ਉਹਨੇ ਕਾਫੀ ਕੁਐਸਚਨ ਪੁੱਛੇ ਸਾਥੋਂ ਹੈ ਨਾ ਉਹਨੇ ਐਵੇਂ ਵੀ ਪੁੱਛਿਆ ਵੀ ਤੁਸੀਂ ਅਵੇਲੇਬਲ ਹੋ ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਫੁੱਲ ਟਾਈਮ ਜੋਬ ਹੁੰਦੀ ਆ ਅਤੇ ਆਈ ਥਿੰਕ ਸੋ ਹੈ ਨਾ ਵੀ ਇਹਦੇ 'ਚ ਵੀ ਇੱਕ ਵਧੀਆ ਕਰੀਅਰ ਅਪੋਰਚੁਨਿਟੀ ਹੈਗੀ ਆ ਕਿਉਂਕਿ ਚੰਕ ਆਫ ਮਨੀ ਬਣ ਜਾਂਦਾ ਆ ਤਾਂ ਓਬਵੀਅਸਲੀ ਮੈਂ ਕਿਹਾ ਕਿ ਮੈਂ ਅੰਡਰ ਦੀ ਟੇਬਲ ਨਹੀਂ ਕੈਸ਼ ਦਿੰਦਾ ਹੈਗਾ ਉਹਦੇ ਲਈ ਉਹ ਆਪ ਵੀ ਕਹਿੰਦਾ ਟਰੈਵਲ 'ਚ ਆ ਜਾਂਦੇ ਆ ਅਤੇ ਫਿਲਹਾਲ ਇੰਟਰਵਿਊ ਲੈਂਦੀ ਹਾਂ ਜੇ ਅੱਗੇ ਕੋਈ ਅਪਡੇਟ ਮਿਲਦੀ ਆ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਬਾਕੀ ਆਪਾਂ ਹੁਣ ਅਨਬੋਕਸ ਕਰਾਂਗੇ ਜਿਹੜਾ ਕਿ ਆਪਾਂ ਆਈਫੋਨ 16 ਪ੍ਰੋ ਮੈਕਸ ਲੈ ਕੇ ਆਏ ਸੀਗੇ ਉਹਦਾ ਵੀ ਤੁਹਾਨੂੰ ਕੈਮਰਾ ਆਪਾਂ ਦਿਖਾਵਾਂਗੇ ਫਿਲਹਾਲ ਆਪਾਂ ਆਈਫੋਨ 11 ਯੂਜ਼ ਕਰ ਰਹੇ ਹਾਂ ਇਹਦੇ ਕੋਲ ਆਈਫੋਨ 13 ਪ੍ਰੋ ਮੈਕਸ ਹੈ 14 ਪ੍ਰੋ ਹੈ ਅਤੇ ਆਪਾਂ ਕੰਪੈਰੀਜ਼ਨ ਕਰਾਂਗੇ ਇਹਦੇ ਕੈਮਰੇ ਦਾ ਅਤੇ ਉਹਦੇ ਦਾ ਸੋ ਆਪਾਂ ਲੈ ਕੇ ਆਏ ਇਹ ਰੋਜਰ ਤੋਂ ਅਤੇ ਟੋਟਲ ਆਪਾਂ ਨੂੰ ਕੀਮਤ ਇਹਦੀ ਪਈ ਆ $2,032 ਜੋ ਕਿ ਆਈ ਨੋ ਬਹੁਤ ਜ਼ਿਆਦਾ ਆ ਇਹ ਹੈਗਾ 16 ਪ੍ਰੋ ਮੈਕਸ ਅਤੇ ਬਲੈਕ ਕਲਰ ਆ ਤਾਂ ਕਰਕੇ ਵੀ ਮਹਿੰਗਾ ਉਹਨਾਂ ਨੇ ਆਪਾਂ ਨੂੰ ਲੀਸ 'ਤੇ ਦਿੱਤਾ ਲੀਸ 'ਤੇ ਮੈਨੂੰ ਪੈ ਗਿਆ ਮਹੀਨੇ ਦੇ $42 ਅਤੇ ਟੈਕਸ ਟੁਕਸ ਪਾ ਕੇ ਆਪਾਂ ਨੂੰ $51 ਪਲੱਸ ਮੇਰੇ ਪਲੈਨ ਦਾ ਆਊਗਾ ਤਾਂ ਟੋਟਲ ਆਲਮੋਸਟ $110 ਮੈਨੂੰ ਬਿੱਲ ਆਊਗਾ ਅਤੇ ਆਪਾਂ ਪਹਿਲਾਂ 14 ਪ੍ਰੋ ਮੈਕਸ ਲਿਆ ਸੀ ਉਹਦੀ ਵੀਡੀਓ ਮੈਂ ਬਣਾਈ ਨਹੀਂ ਹੈਗੀ ਅਤੇ ਕਿਉਂਕਿ ਉਹ 2 ਸਾਲ ਸਕਿੱਪ ਹੋ ਗਏ ਜਿਹੜੇ ਤੁਹਾਨੂੰ ਵਾਰ ਵਾਰ ਮੈਂ ਇਸ ਵੀਡੀਓ ਦੇ ਵਿੱਚ ਰਿਮਾਇੰਡ ਕਰਾ ਰਿਹਾ ਵੀ ਕਾਫੀ ਚੀਜ਼ਾਂ ਹੋਈਆਂ ਨੇਗੀਆਂ ਅਤੇ ਉਹ ਮੈਂ ਕਰੀਆਂ ਨਹੀਂ ਹੈਗੀਆਂ ਅਤੇ ਆਪਾਂ ਜੀ ਹੁਣ ਇਹ ਅਨਬੋਕਸਿੰਗ ਕਰਾਂਗੇ ਅਤੇ ਦੇਖਦੇ ਹਾਂ ਇਹਦੇ ਵਿੱਚ ਮਤਲਬ ਤੁਹਾਨੂੰ ਇਹਦੇ ਫੀਚਰ ਦੱਸਾਂਗੇ ਚਾਰਜਰ ਤਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਹੀ ਬੰਦ ਕਰਤਾ ਆ ਠੀਕ ਹੈ ਉਹ ਤਾਂ ਹੁਣ ਆਉਂਦਾ ਹੀ ਨਹੀਂ ਹੁਣ ਇਕੱਲਾ ਫੋਨ ਆਉਂਦਾ ਹੈ ਅਤੇ ਉੱਤੋਂ ਇਹਦੇ ਉੱਤੇ ਜਿਹੜਾ ਪਲਾਸਟਿਕ ਦਾ ਕਵਰ ਹੁੰਦਾ ਹੈ ਉਹ ਵੀ ਨਹੀਂ ਹੈਗਾ ਓ ਸੋਰੀ ਫੋਨ ਆਪਾਂ ਪਹਿਲਾਂ ਹੀ ਬਾਹਰ ਅਨਬੋਕਸ ਕਰ ਲਿਆ ਸੀਗਾ ਤਾਂ ਕਰਕੇ ਇਸਨੂੰ ਕੱਟ ਕਰ ਦਿਆਂ ਪਲੀਜ਼ ਸੋ ਅਨਬੋਕਸਿੰਗ ਅਗੇਨ ਸੋ ਹੇਅਰ ਵੀ ਹੈਵ ਆਈਫੋਨ 16 ਪ੍ਰੋ ਮੈਕਸ 256 GB ਹੁਣ ਜਿਵੇਂ ਕਿ ਤੁਹਾਨੂੰ ਪਤਾ 128 GB ਚਾਉਣਾ ਬੰਦ ਹੋ ਗਿਆ ਹੈ ਕੁਛ ਇੱਦਾਂ ਦਾ ਲੁੱਕ ਹੈ ਬਾਕੀ ਆਪਾਂ ਅੱਗੇ ਦੇ ਜਿੰਨੇ ਵੀ ਵਲੋਗ ਹੋਣਗੇ ਉਹਨਾਂ ਲਈ ਸਪੈਸ਼ਲੀ ਮੈਂ ਲਿਆ ਆ ਇਹ ਅਤੇ ਇਹਦੇ 'ਚ ਆਪਾਂ ਜਿਵੇਂ ਕਿ ਫੀਚਰ ਦੇਖ ਸਕਦੇ ਹਾਂ ਸਾਰੇ ਹੈਗੇ ਆ ਇਹ ਤੋਂ ਕੈਮਰਾ ਓਪਨ ਹੁੰਦਾ ਆ ਦੁਬਾਰੇ ਖਿੱਚਦੇ ਹਾਂ ਤਾਂ ਫੋਟੋ ਲੱਭੀ ਜਾਂਦੀ ਆ ਇਹਦੇ ਨਾਲ ਜੂਮ ਵਗੈਰਾ ਹੋ ਜਾਂਦਾ ਆ ਸਾਰੇ ਫੀਚਰ ਇਹ ਓਬਵੀਅਸਲੀ ਸਾਰਿਆਂ ਨੇ ਐਪਲ ਦਾ ਉਹ ਦੇਖਿਆ ਵੀਡੀਓ ਠੀਕ ਆ ਅਤੇ ਬਲੈਕ ਕਲਰ ਮੇਰਾ ਫੇਵਰੇਟ ਆ ਦੈਟਸ ਵਾਈ ਮੈਂ ਬਲੈਕ ਕਲਰ ਲਿਆ ਬਾਕੀ ਡੱਬੇ 'ਚ ਕੁਛ ਖਾਸ ਜ਼ਿਆਦਾ ਆਉਂਦਾ ਨਹੀਂ ਹੈਗਾ ਕੰਜੂਸ ਹੋ ਗਏ ਨੇ ਐਪਲ ਵਾਲੇ ਇਕੱਲੀ ਤਾਰ ਦੇ ਦਿੰਦੇ ਉਹ ਵੀ ਟਾਈਪ ਸੀ ਅਤੇ ਇੱਕ ਨਾਲ ਸਿਮ ਇੰਜੈਕਟਰ ਟੂਲ ਆ ਜਾਂਦਾ ਅਤੇ ਬਾਕੀ ਆ ਜਿਹੜੀ ਗੱਤੇ ਹੈ ਇੰਨਾ ਹੀ ਆ ਬਸ ਇਹਦੇ 'ਚ ਅਤੇ ਬਾਕੀ ਆਪਾਂ ਹੁਣ ਵੀਡੀਓ ਬਣਾਇਆ ਕਰਾਂਗੇ ਇਸ ਤੋਂ ਅਤੇ ਹੁਣ ਜਿਹੜਾ ਅਗਲਾ ਆਪਾਂ ਕਲਿੱਪ ਕੱਟ ਕੇ ਲਾਵਾਂਗੇ ਵੀਡੀਓ ਦੇ ਵਿੱਚ ਆਈਫੋਨ 16 ਪ੍ਰੋ ਮੈਕਸ ਤੋਂ ਹੋਊਗਾ ਅਤੇ ਮੈਨੂੰ ਮਾੜਾ ਜਿਹਾ ਦੱਸਿਓ ਵੀ ਹੈ ਨਾ ਵੀ ਕਿੰਨਾ ਕੁ ਤੁਹਾਨੂੰ ਫਰਕ ਪਤਾ ਲੱਗਦਾ ਆ ਡੱਬਾ ਰੱਖ ਦਿੰਦੇ ਆਪਾਂ ਵਾਪਸ ਇਕੱਲੇ ਫੋਨ ਦੀ ਕੀਮਤ ਹੈਗੀ ਆ $2,032 ਜੋ ਕਿ ਬਹੁਤ ਜ਼ਿਆਦਾ ਹੋ ਰਹੇ ਨੇ ਐਨੀਵੇਸ ਆਈ ਹੋਪ ਇਟ ਵਰਥ ਇਟ ਚਲੋ ਹੁਣ ਆਪਾਂ ਦਿਖਾਉਂਦੇ ਹਾਂ ਇਹਦੀ ਕਲਿੱਪ ਸੋ ਆਹ ਜਿਹੜੀ ਵੀਡੀਓ ਬਣ ਰਹੀ ਹੈ ਇਹ ਬਣ ਰਹੀ ਹੈਗੀ 16 ਪ੍ਰੋ ਮੈਕਸ ਤੋਂ ਅਤੇ ਆਈ ਹੋਪ ਸੋ ਤੁਹਾਨੂੰ ਡਿਫਰੈਂਸ ਦਿਖ ਰਿਹਾ ਹੋਵੇ ਜਿੱਦਾਂ ਦਾ ਵੀ ਥੋੜ੍ਹਾ ਬਹੁਤ ਡਿਫਰੈਂਸ ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਦੇ ਰਿਵਿਊ ਦੇ ਸਕਦੇ ਹੋ ਹੈ ਨਾ ਵੀ ਓਬਵੀਅਸਲੀ 16 ਪ੍ਰੋ ਮੈਕਸ 'ਤੇ ਥੋੜ੍ਹੀ ਜਿਹੀ ਵਧੀਆ ਕੁਆਲਿਟੀ ਆ ਰਹੀ ਹੋਣੀ ਆਪਾਂ ਹੁਣ ਇਹਦੇ ਉੱਤੇ ਰੈਗੂਲਰ ਵਲੌਗ ਬਣਾਇਆ ਕਰਾਂਗੇ ਅਤੇ ਕੱਲ੍ਹ ਦਾ ਆਪਾਂ ਬਣਾਵਾਂਗੇ ਅੱਜ ਦਾ ਤਾਂ ਆਲਮੋਸਟ ਡੇ ਐਂਡ ਹੋ ਚੁੱਕਿਆ ਕਾਫੀ ਲੰਬਾ ਵਲੌਗ ਹੋ ਗਿਆ ਹੁਣ ਕਾਫੀ ਗੱਲਾਂ ਆਪਾਂ ਦੱਸ ਚੁੱਕੇ ਹਾਂ ਆਲਰੇਡੀ ਹੈ ਨਾ ਬਾਕੀ ਦੇ ਵਲੌਗ ਆਪਾਂ ਕੱਲ੍ਹ ਤੋਂ ਬਣਾਇਆ ਕਰਾਂਗੇ ਅੱਜ ਦਾ ਆਪਾਂ ਆਲਮੋਸਟ ਐਂਡ ਕਰਨ ਲੱਗੇ ਹਾਂ ਜਾਂਦੇ ਜਾਂਦੇ ਵਲੌਗ ਦੇ ਵਿੱਚ ਕੁਛ ਐਡ ਕਰਨਾ ਚਾਹੋ ਤੁਸੀਂ ਇੰਟਰਵਿਊ ਦਿੱਤੀ ਹੈ ਬਸ ਹੁਣ ਉਹਦਾ ਰਿਵਿਊ ਆ ਜੇ ਬੈਟਰ ਜਾ ਓਕੇ ਤੇ ਵਧੀਆ ਗੱਲ ਹੈ ਹੋਰ ਤਾਂ ਕੁਛ ਨਹੀਂ ਗਾ ਬਾਕੀ ਚਲੋ ਦੇਖਦੇ ਹਾਂ ਆਈ ਹੋਪ ਕੁਛ ਵਧੀਆ ਵਧੀਆ ਜੇ ਹੋਵੇ ਓਕੇ ਬਾਕੀ ਕੰਮ ਕਾਰਾਂ ਤੇ ਲੱਗੇ ਆ ਕੰਮ ਕਰਨਾ ਆ ਇੱਥੇ ਕੰਮ ਕਰਨਾ ਆ ਹੋਰ ਕਰਕੇ ਵੀ ਕੀ ਲੈ ਜਾਣਾ ਆ ਹੋਰ ਕੁਛ ਨਹੀਂ ਇੱਥੇ ਇਕੱਲਾ ਕੰਮ ਹੀ ਕਰਨਾ ਕੰਮ ਕਰੀ ਚਲੋ ਕੰਮ ਹੀ ਕੰਮ ਆ ਇੱਕ ਸ਼ਿਫਟ ਤੋਂ ਆ ਜਾਂਦੇ ਆ ਜਾਂ ਦੂਜੀ ਸ਼ਿਫਟ ਜੇ ਮਿਲ ਜੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਘਰੇ ਵਿਹਲੇ ਪੈ ਰਹੇ ਨੇ ਵੈਸੇ ਲਾਉਣ 'ਚ ਆਪਾਂ ਸ਼ਿਫਟ ਹੀ ਆਏ ਹਾਂ ਇੱਥੇ
ਬਾਕੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਹੈ ਨਾ, ਜੇ ਵਧੀਆ ਲੱਗੇ ਤਾਂ ਜ਼ਰੂਰ ਕਰ ਦਿਆ ਕਰੋ। ਮੈਂ ਜ਼ਿਆਦਾ ਫੋਰਸ ਕਰ ਨਹੀਂ ਸਕਦਾ, ਜੇ ਕਰਨਾ ਤੁਸੀਂ ਕਰ ਦਿਆ ਕਰਿਓ ਹੈ ਨਾ। ਅਤੇ ਨਹੀਂ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਆਪਾਂ ਇਸ ਤੋਂ ਬਾਅਦ ਆਪਾਂ ਜੋ ਵੀ ਕਿਤੇ ਜੋਬਸ ਆਇਆ ਕਰਨਗੀਆਂ ਆਪਾਂ ਉਹਨਾਂ ਬਾਰੇ ਵੀ ਪਾਇਆ ਕਰਾਂਗੇ, ਨਵੇਂ ਨਵੇਂ ਫਾਰਮਾਂ 'ਤੇ ਜਾ ਕੇ ਉੱਥੇ ਵੀ ਵੀਡੀਓ ਅਪਲੋਡ ਕਰਾਂਗੇ। ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਆ ਤੁਹਾਨੂੰ ਇਸ ਚੈਨਲ 'ਤੇ ਹੈ ਨਾ ਦੇਖਣ ਨੂੰ ਮਿਲ ਜੂਗੀ। ਅਤੇ ਹੁਣ ਟਾਈਮ ਹੋ ਰਿਹਾ ਹੈਗਾ 8:40, ਅਤੇ ਆਪਣੇ ਚੈਨਲ ਦਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਸੋ ਸਬਸਕ੍ਰਾਈਬ ਜੋ ਹੈ ਬਟਨ ਦੱਬ ਕੇ ਬੈੱਲ ਆਈਕਨ ਜ਼ਰੂਰ ਦੱਬ ਲਿਓ, ਠੀਕ ਹੈ। ਕਿਉਂਕਿ ਜੇ ਅਸੀਂ ਕੋਈ ਵੀ ਵੀਡੀਓ ਅਪਲੋਡ ਕਰਦੇ ਹਾਂ ਤਾਂ ਤੁਹਾਡੇ ਫੋਨ ਦੀ ਫੋਨ ਸਾਈਲੈਂਟ ਨਹੀਂ ਰੱਖਣਾ ਤਾਂ ਜੋ ਫੋਨ ਦੀ ਘੰਟੀ ਵੱਜਦੀ ਰਹੇ। ਹਾਂਜੀ, ਅਤੇ ਘੰਟੀ ਵੱਜਦੀ ਰਹੇ। ਹਾਂ, ਇਹਦੀ ਜਿਹੜੀ ਵੀਡੀਓ ਆਈ ਆ ਉਹ 1 ਸਾਲ ਪਹਿਲਾਂ ਦੀ ਆਈ ਹੋਈ ਆ, ਉਹ ਹੈਗੀ ਹਾਊ ਟੂ ਫਾਈਂਡ ਅ ਪਰਫੈਕਟ ਜੋਬ ਇਨ ਕੈਨੇਡਾ। ਅਤੇ ਉਸ ਤੋਂ ਬਾਅਦ ਮੰਨ ਲਓ ਅਸੀਂ ਬਿਜ਼ੀ ਹੋ ਗਏ ਸੀ ਜ਼ਿਆਦਾ ਤਾਂ ਕਰਕੇ ਬਲੌਗ ਨਹੀਂ ਬਣ ਸਕੇ, ਕਿਉਂਕਿ ਜੋਬ ਦੇ ਵਿੱਚ ਜ਼ਿਆਦਾ ਆਪਣਾ ਹੇਠ ਉੱਤੇ ਹੋ ਰਹੇ ਸੀਗੇ, ਜੋਬਾਂ ਮਿਲ ਨਹੀਂ ਰਹੀਆਂ ਸੀ, ਕੰਮ ਕਰਨਾ ਜ਼ਰੂਰੀ ਸੀਗਾ, ਠੀਕ ਆ, ਫੀਸਾਂ ਵੀ ਕੱਢਣੀਆਂ ਸੀ ਇਹਨਾਂ ਨੇ, ਅਤੇ ਇਹਦੇ ਕਰਕੇ ਮੰਨ ਲਓ ਕੋਈ ਬਲੌਗ ਬਣਿਆ ਨਹੀਂ ਗਾ, ਟਾਈਮ ਨਿਕਲਿਆ ਨਹੀਂ ਗਾ। ਹੁਣ ਸੋ ਮੁੰਡਾ ਵਰਕ ਪਰਮਿਟ 'ਤੇ ਆ ਗਿਆ ਆ, ਅਤੇ ਹੁਣ ਅੱਗਾ PR ਦਾ ਜੀ ਅਪਲਾਈ ਕਰਨਾ ਆ, ਹੁਣ ਟਾਈਮ ਵੀ ਹੈਗਾ ਆ, ਚਲੋ 3 ਸਾਲ ਦਾ ਟਾਈਮ ਮਿਲ ਗਿਆ, ਸਟੱਡੀ ਦਾ ਮੰਨ ਲਓ ਹੈ ਨਹੀਂ ਗਾ, ਅਤੇ ਇਹਦੇ ਕਰਕੇ ਹੁਣ ਬਲੌਗ ਵੀ ਆਇਆ ਕਰਨਗੇ। ਸੋ ਤੁਸੀਂ ਲਾਈਕ ਕਰਨਾ ਨਹੀਂ ਭੁੱਲਣਾ, ਮਾਹੌਲ ਹੈ ਜਾਂ ਕਿੱਦਾਂ ਦਾ ਕੁਛ ਹੈਗਾ ਆ ਸਭ ਕੁਛ। ਤੋ ਆਪਣੀ ਵੀਡੀਓ ਦੇਖਣ ਦੇ ਲਈ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ, ਤੇ ਬੈੱਲ ਆਈਕਨ ਨੂੰ ਮੰਨ ਲਓ ਆਨ ਕਰ ਦੋ, ਸੋ ਜੋ ਤੁਹਾਡੇ ਫੋਨ ਦੇ ਵਿੱਚ ਘੰਟੀ ਵੱਜਦੀ ਰਹੇ। ਓਕੇ, ਬਾਕੀ ਆਪਾਂ ਇਹ ਵਲੌਗ ਦਾ ਐਂਡ ਕਰਨ ਲੱਗੇ ਹਾਂ, ਹੁਣ ਆਪਾਂ ਖਾਵਾਂਗੇ ਰੋਟੀ ਪਾਣੀ, ਅਤੇ ਹੁਣ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਬਾਏ ਬਾਏ।